मेरा पुत्र नहीं सी करदा। मैनू उहदे जाण तों बाद पता लग्गिआ उहदा हर इक परिवार दा पुत्र सी, हर इक भैण दा भरा सी, हर इक वीर दा वीर सी। सिद्धू दी मां पुरशां वर्गी शख्सियत नूं जिथों विश्व भर दे विचों सत्कार मिलिआ, हर इक अख ने हंझू सुटे, किते किते लगदा कि फकर दा सिर भी उच्चा हो गया। ਵੀਰੋ ਅਸੀਂ ਤਾਂ ਇੱਕ ਸਿੱਧ ਪੱਧਰੇ ਜੱਟ, ਸਾਡੀ ਇੰਨੀ ਕਮਾਈ ਰਹਿਣੀ ਸੀ ਜਿੰਨੀ ਵੱਡੀ ਮੈਨੂੰ ਮੇਰਾ ਪੁੱਤ ਖੜਾ ਕਰ ਗਿਆ। ਫਿਰ ਵੀ ਇੰਨਾ ਕੁਛ ਚੰਗਾ ਕਰਦੇ ਹੋਏ ਇਹੋ ਜਿਹੇ ਹਾਲਾਤ ਕਿਉਂ ਬਣੇ ਕਿ 50 ਬੰਦੇ ਉਹਦਾ ਬੈਰੀ ਬਣ ਕੇ ਉਹ ਉਡਾਉਣ ਦੀਆਂ ਸੋਚ। ਸਾਨੂੰ ਇਸ ਗੱਲ ਦੇ ਉੱਤੇ ਵੀ ਝਾਤ ਮਾਰਨੀ ਪਊਗੀ ਕਿ ਅਸੀਂ ਪੰਜਾਬੀ ਇੰਨੇ ਨਿਕੰਮੇ ਹੋ ਗਏ, ਅਸੀਂ 10-20 ਹਜ਼ਾਰ ਦੀ ਖਾਤਰ ਕਿਸੇ ਦੇ ਘਰ ਦੀਆਂ ਵਿਉਂਤਾਂ, ਘਰ ਨੂੰ ਪੱਟਣ ਦੀਆਂ ਵਿਉਂਤਾਂ ਦੇ ਵਿੱਚ ਸ਼ਾਮਲ ਹੋਣ ਲੱਗ ਗਏ। ਵੀਰੋ ਇਸ ਗੱਲ ਦੇ ਉੱਤੇ ਸਾਨੂੰ ਵਿਚਾਰ ਕਰਨੀ ਪਊ। ਮੇਰਾ ਬੱਚਾ ਜੇ ਮੈਂ ਉਹਨੂੰ ਕਿਤੇ ਅਲਰਟ ਵੀ ਕਰਦਾ ਸੀ ਤਾਂ ਮੈਨੂੰ ਹੱਸ ਕੇ ਕਹਿੰਦਾ ਬਾਪੂ ਆਪਣੀ ਕਿਹੜੇ ਦਾ ਕੁਛ ਨਹੀਂ ਹੈ। ਤੇ ਜਿੰਨੇ ਬੰਦੇ ਉਹਨੂੰ ਮਾਰਨ ਤੇ ਲੱਗੇ ਤਾਂ ਮੈਨੂੰ ਐਂ ਲੱਗਦਾ ਆਪਣੀ ਹੈ ਕਿਹਦੇ ਨਾਲ ਨਹੀਂ ਸੀ। ਸੋ ਪੁਲਿਸ ਆਪਣਾ ਕੰਮ ਬਖੂਬੀ ਕਰ ਰਹੀ ਹੈ। ਇਹਨਾਂ ਨੇ ਗੈਂਗਸਟਰਾਂ ਦੇ ਖਿਲਾਫ਼ ਹੁਣ ਤੱਕ ਜੋ ਕੰਮ ਕੀਤਾ ਮੈਨੂੰ ਸੰਤੁਸ਼ਟੀ ਹੈ ਇਸ ਗੱਲ। ਪਰ ਇਹ ਲੜਾਈ ਐਡੀ ਚੱਲੀ ਹੋਈ ਹੈ, ਐਡੀ ਲੰਬੀ ਹੈ, ਇਹਦੇ ਵਿੱਚ ਇੰਨੇ ਲੋਕ ਬਾਹਰੋਂ ਦੂਜੀਆਂ ਸਟੇਟਾਂ ਦੇ ਸ਼ਾਮਲ ਹੈ, ਦੂਜੀਆਂ ਕੰਟਰੀਆਂ 'ਚ ਬੈਠੇ ਨੇ, ਕੇਸ ਲੰਬਾ ਚੌੜਾ ਬਹੁਤ ਹੈ। ਪਰ ਜੇ ਅਸੀਂ ਉਹਨੂੰ ਕਹਿੰਦੇ ਵੀ ਇਹ ਕੰਮ ਬਿਲਕੁਲ ਠੀਕ ਹੋ ਗਿਆ ਤਾਂ ਇਹਦਾ ਮਗਰਾ ਆਪਾਂ ਨੂੰ ਇੱਕ ਚੌਕੀਦਾਰ ਬਣ ਕੇ ਕਰਨਾ ਪੈਂਦਾ। ਇਹ ਲੜਾਈ ਜਦ ਤੱਕ ਇਹਦੇ ਸਰਗਣੇ 200-200 ਬੰਦਾ ਲੈ ਕੇ VIP ਟ੍ਰੀਟਮੈਂਟ ਲੈ ਕੇ ਚੱਲਦੇ ਰਹਿਣਗੇ, ਵਿਰੋਧਾਂ ਤੱਕ ਆਪਣੇ ਹਿਰ ਦੇ ਬਰੂਕਰੇ ਹੀ ਜਾਂਦੇ ਰਹਿਣਗੇ। ਤੁਸੀਂ ਕੱਲ ਹੀ ਦੇਖਿਆ ਹੋਣਾ ਕਿ ਸੈਂਟਰ ਸਰਕਾਰ ਦਾ ਫਰਮਾਨ ਹੈ ਸਟੇਟ ਨੂੰ ਲਾਰੈਂਸ ਦੀ ਜਾਨ ਨੂੰ ਖਤਰਾ ਹੈ, ਜੱਗੂ ਨੂੰ ਖਤਰਾ ਹੈ। ਵੀਰੋ 70-70-100-100 ਪਰਚੇ ਕਰਕੇ ਖਤਰਾ ਕਿਹਨੂੰ ਹੋਵੇ? ਮੈਨੂੰ ਹੋਵੇ? ਜਦੋਂ ਕਿਸੇ ਦੇ ਧੀਆਂ ਪੁੱਤਾਂ ਨੂੰ ਮਾਰੋਗੇ ਜਾ ਕੇ ਤਾਂ ਖਤਰੇ ਸਹੇ ਡਾਂਗੇ, ਤੇ ਜੇ ਲੋਕਾਂ ਦੇ ਪੁੱਤ ਮਾਰ ਕੇ ਖਤਰਾ ਖੁੱਟਾ ਤਾਂ ਫਿਰ ਡਰਦੇ ਕਿਸ ਗੱਲ ਤੋਂ? ਤੇ ਸਾਹਮਣਾ ਕਰੋ ਸਕਦੇ ਹੋ ਸਾਡੇ ਹਿਊਮਨ ਰਾਈਟਸ ਦੀਆਂ ਜੋ ਕਮਜ਼ੋਰੀਆਂ ਨੇ ਤੇ ਛੱਤ ਲੋਕ ਦਾ ਖੂਬ ਫਾਇਦਾ ਚੱਕ ਰਹੇ। ਮੈਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਬੈਠੇ ਵਿਦਵਾਨ ਜਥਿਆਂ ਦੇ ਸਾਹਮਣੇ ਦੁਖੀ ਪਿਓ ਦੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਵੀ ਇਹਨਾਂ ਪਰਿਵਾਰਾਂ ਤੋਂ ਜਾਂਦੇ ਹੋ, ਜਦੋਂ ਇਹਨਾਂ ਨੂੰ ਇਹੋ ਜਿਹੀਆਂ ਪਾਵਰਾਂ ਦਿੰਦੇ ਹੋ ਥੋੜ੍ਹਾ ਜਿਹਾ ਸਾਡਾ ਵੀ ਦੇਖ ਲਿਆ ਕਰੋ ਵੀ 1-5-7 ਕਿੱਲਿਆਂ ਦੇ ਜ਼ਮੀਨਾਂ ਦਾ ਵੱਟਾਂ 'ਤੇ ਵੀ ਫਸਿਆ ਹੈ, ਉਹਦੇ ਹਿਊਮਨ ਰਾਈਟਸ 'ਤੇ ਆਖੀ ਕੌਣ ਕਰੂਗਾ? ਸਾਡੀਆਂ ਬੁੱਧੀਜੀਵਕ ਤੁਹਾਡੇ 'ਤੇ ਆਸਾਂ ਨੇ, ਜੇ ਤੁਹਾਡੇ ਕਾਨੂੰਨੀ ਸਾਡੇ ਲਈ ਕਾਨੂੰਨ ਅਲੱਗ ਔਰ ਬਦਮਾਸ਼ਾਂ ਲਈ ਕਾਨੂੰਨ ਅਲੱਗ ਬਣਾਉਣਗੇ ਤਾਂ ਵੀਰੋ ਅਸੀਂ ਜੇ ਆਜ਼ਾਦੀ ਦੀ ਗੱਲ ਕਰਦੇ ਹਾਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਆਜ਼ਾਦ ਹੋ ਕੇ ਵੀ ਆਜ਼ਾਦ। ਇੱਕ ਹਰ ਸਾਰਾ ਮੀਡੀਆ ਖੜਾ, ਤੁਸੀਂ ਜਿੰਨੇ ਸਿੱਧੂ ਦੇ ਅਫਸੋਸ ਦੇ ਵਿੱਚ ਆਏ ਹੋ ਇੱਕ ਵਾਰੀ ਹੱਥ ਖੜਾ ਕਰਕੇ ਦੱਸ ਦਿਓ ਕਿ ਤੁਹਾਡੀ ਜਿਹੜੀ ਸਿਕਿਉਰਿਟੀ ਦਿੱਲੀ ਹੈ ਕਿਤੋਂ ਖੁਸ਼ ਹੋ? ਨਹੀਂ, ਇਹਨਾਂ ਸਰਕਾਰਾਂ ਨੂੰ ਇੱਕ ਵਾਰੀ ਨਾਰਾ ਲਾ ਕੇ ਦੱਸ ਦਿਓ ਸਿੱਧੂ ਦਾ ਵੀ ਜਿਹੜਾ ਕੁਛ ਪੁਸ਼ਤ ਪਲਾਹੀ ਕਰੀ ਜਾਂਦੇ ਹੋ ਸਮਾਂ ਆਜੂਗਾ ਜਵਾਬ ਮੰਗਾਂਗੇ ਉਸ ਗੱਲ ਦਾ। ਆਪਾਂ ਵੀ ਹੋਏ ਸੀ ਇਕੱਠੇ ਕਦੇ,
करते हैं, मेरे को ऐतवार 10,000 के करीब संगत आती है, वो लोग सारे मैनू कहते हैं कि तुम सदा जी चुप करके बैठे, चुप करके बैठने का बेला नहीं। मैं तो एक दो चिट्ठिया आदि मैनू बारह, एक मेरी भैन आगरे तो परसों एक लैटर है, मेरे को व्हाट्सएप पर भी ऐड है, मजिस्ट्रेट ने तो इस्तीफा दे दी लड़की, कहती 3 महीने हो गए डिप्रैशन की चली गई है, मेरा भारत की न्याय व्यवस्था सॉरी जी लॉ एंड ऑर्डर मेरा उस विश्वास उठ गया है। जो सिद्धू इस तरह इना अच्छा काम करते हुए मारा जा सकता है तो मैं योजे कानून चंगे नहीं लगते। फिर रिजाइन करके कुड़ी घर बैठ के मेरे को नंबर है, जो प्रेस वाले भी ने गल भी करनी हुई मेरे तो फोन नंबर लेके पुछ लो बेचक जी मेरी गल तो यकीन ना हो। जो जो योजे पढ़े लिखे वर्ग भी इन्हों फैसलों को इन्हों बदमाशों को तंग है भी जिदा जी करता है जिन्हों मर्जी धमकी दे देना। हूं तो फिर सिद्धू तो बाद का ट्रेंड बन गया इस गल का भी हूं तक अगला कहना निके मोटे काम को छोड़ो यार, हूं तो इस काम च फायदा है, लाल टी शर्ट पाओ ब्रांडेड की जगह 200 बंदा कर्मचारी लेके चलो बुलेट प्रूफ गड्डी बह के जाने, इन्हों का बंदा कोई मरता नहीं, कदे भी कदे टैक्सर को टैक्सर नहीं मारता। मरता की है आम लोग दे पुत मरते हैं, साडे मरते हैं, जिन्हों को सुरक्षा नहीं होती, असं पेड़ बाहर बैठे होंगे कि मर्जी गोली मार के चुप जाते हैं। ये कदे तुम देखे भी कदे किसी टैक्सर ने टैक्सर को मारता होगी, किसी उच्चे अहदे बैठे हुए किसी लीडर को मारता हो लगे कसूर, मैं नहीं कहना किसी क्यों मारा जाए, मैं टैक्सर भी जो मरता मैं भी दुख होता है क्योंकि माँ वो भी है। देखा होगा उस मां ने रूपा जो सिद्धू मारिया उन्हें बेचारे ने की शब्द कहे कि जिते मिलता गोली मार दो, फिर कोई नहीं चाहता मेरा गैंगस्टर बने, पर इन्हों पालना भी तो कोई हल नहीं किसी समस्या का। जो सरकार लगती है गल भी बंदे बड़े चंगे ने इन्होंने सुरक्षा देने की बजाय इन्हों ग्रांटा दे के जो कारोबार खोल के किता कर ला दो, दुकान खोल के बह जाओ, लोगों के धी पुत क्यों मार दो, किसी को सारी फिल्म इंडस्ट्री के उत्ते अज के कट के उत्ते मेरिया 3 ही मंगा ने। मैं सरकार को साढ़े माननीय मुख्यमंत्री मान साहब जो साढ़े किते रिलेटेड ने उन्होंने ध्यान एक बेनती करना, एक तो जी मेरे पुत की सिक्योरिटी लैप्स हुई है, एक पावरफुल कमीशन बिठाया जाए जो उन्होंने कारणों की जांच करे, मेरे पुत को सिक्योरिटी मिली जो उसी तो हटा ली। 3 महीने हो गए मैंने इस गल का हद तक कोई पुख्ता जवाब नहीं मिला। अगली गल है फिल्म इंडस्ट्री जो पंजाबी है ये जो लिंक ने अंडरवर्ल्ड के नाल जी कॉन्फिडेंसी जी अपनी ये संबंध ने जो अंडरवर्ल्ड नाल ते जिहड़े गैंगस्टरां दे नाल जुड़े होए ने उह कितना वड्डा बजट है। सरकार जी तुसीं अच्छी जांच कर रहे हो, थोड़ा काम नाल मेरा कोई टीका टिप्पणी नहीं करनी चाहुंदा, पर इधरले पासे भी टीका मारो, जे सिद्धू मरदा है तां उहदे 50 लाख रुपये दे वैपन खरीदे जांदे ने, तां लॉरेंस कत्ता जेल 'च बैठा हथियार नहीं खरीद गया, बुलंदशहर तों 8 लाख दी 47 लैंदा है, पत्रा मंगया लख का इंपोर्टेड असला जो खरीदा है वो बड़ी आसानी ने मानसा तक पहुँचा भी दिता है, तो यह बिना पैसा तो नहीं हो गया, ये बिना किसी बाहरी मदद तो नहीं हो गया। जेडे सफेदपोश मैं परसों होमलैंड की भी गल करी सी, चिट्टे कपड़े वाले जेडे गैंगस्टर दरौतियां वसूलते हैं 15% कमीशन लेते हैं, इन्होंने FCU है जी फाइनेंस कंट्रोल यूनिट है, उन्होंने भी माड़ा जहाँ इन्हों का लेखा जोखा देखना चाहिए कि पिछले 2 साल 100 किला लिया कि 50 किला लिया, इन्हों को कोई चेक करना है नहीं। फिर जो सिक्योरिटी दें हो तो एक गल जरूर यकीन कर लेना चाहिए भी सिक्योरिटी मंगने वाला बंदा गैंगस्टर की मदद तो नहीं करता, जो मदद लेंदा तो नहीं। एक पास तो मैं कह लॉरेंस मेरा भरा है, दूजे पास कह मैं बहुत कतरा मैं 20 जन मिलते जो दो गल ज्यादा जितों जिन्होंने भरा होना तो सुरक्षा मिलेगा। जो कानून के विश्वास रखना है सिस्टम के यकीन रखना है तो फिर कानून
ਗੱਲ ਕਰ ਫਿਰ ਇੱਧਰ ਆ ਜਾ। ਆਹ ਗੱਲਾਂ ਚੱਲ ਰਹੀਆਂ ਨੇ, ਬੀਬੀ ਜੀ ਦੀ ਧਾਰ ਲੈ ਕੇ ਚੱਲਦੇ ਨੇ, ਇਹਦਾ ਵੱਲ ਧਿਆਨ ਦੇਣ ਦੀ ਲੋੜ ਹੈ। ਰੈਡ ਕਾਰਨਰ ਜਾਰੀ ਹੋ ਗਿਆ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਗੋਲਡੀ ਬਰਾਡ ਦਾ ਹੱਲ ਵੀ ਕੀਤਾ ਜਾਵੇ, ਨੇ ਫੁੱਟ ਸੌ ਮੁੰਡਾ ਬਰਬਾਦਤਾ ਪੰਜਾਬ। ਆਹ ਤਿੰਨ ਚਾਰ ਗੱਲਾਂ ਨੇ, ਕਿਉਂਕਿ ਆਪਣਾ ਸੁਪਨਾ ਪਰਿਵਾਰ ਹੈਗਾ ਵੱਡਾ। ਮੈਂ ਚਲੋ ਕਾਲ ਕਰਦਾ, ਪ੍ਰਸ਼ਾਸਨ ਨੂੰ ਵੀ ਦਿੱਕਤ ਆਉਂਦੀ ਹੈ, ਸਾਂਭ ਸੰਭਾਲ ਦੇ ਵਿੱਚ ਮੈਂ ਇਹਨਾਂ ਦਾ ਧੰਨਵਾਦ ਕਰਦਾ, ਕਹਿੰਦੇ ਫਿਰ ਵੀ ਮੈਂ ਨਹੀਂ ਕਰ ਲਿਆ। ਹੁਣ ਅੱਗੇ ਤੋਂ ਜੇ ਕੋਈ ਆਪਾਂ ਨੂੰ ਦਿੱਕਤ ਆਈ, ਹੁਣ ਮੈਂ ਕਾਲ ਘੱਟ ਦਿਆ ਕਰੂੰਗਾ, ਮੀਆਂ ਬੀਬੀ ਬੈਠਾ ਕਰਾਂਗੇ, ਜਿੱਥੇ ਜਦੋਂ ਸਾਡੇ ਹਿਸਾਬ ਤੋਂ ਗੱਲ ਬਾਹਰ ਹੋ ਗਈ ਨਾ, ਜਿੱਥੇ ਅਸੀਂ ਬਹਿ ਕੇ ਮੰਗਰਾ ਲਏ ਆਵਾਂਗੇ। ਹੁਣ ਤੱਕ ਤੁਸੀਂ ਜਿੰਨਾ ਸਹਿਯੋਗ ਦਿੱਤਾ